ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਡਿਰੈਕਟੇਟ ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਮਿੰਟੂ ਸੇ ਪੀਐਸਟੈਟ ਦੀ ਅਪਡੇਟ ਆਈ ਹੈ ਜੋ ਤੁਹਾਡਾ ਐਗਜ਼ਾਮ ਹੋਇਆ ਸੀ ਇਹਦੇ ਵਿੱਚ ਦੱਸਿਆ ਹੈ ਕਿ ਜੋ ਤੁਹਾਡਾ ਪੀਐਸਟੈਟ 24 12 2021 ਨੂੰ ਹੋਇਆ ਸੀ ਇਸ ਵਿੱਚ ਉਮੀਦਵਾਰਾਂ ਨੇ ਜਿਨ੍ਹਾਂ ਨੇ ਸਰਟੀਫਿਕੇਟ ਲੈਣੇ ਹੈ ਉਹ ਮਿਤੀ 27 ਜਨਵਰੀ ਠੀਕ ਹੈ ਜੀ ਤੋਂ ਆਪਣੇ ਜ਼िले ਦੇ ਸੰਬੰਧਿਤ ਡਾਇਟ ਵਿੱਚੋਂ ਇਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਨੇ ਐਸਐਸ ਨਗਰ ਅਤੇ ਦੂਜੇ ਰਾਜਾਂ ਦੇ ਉਮੀਦਵਾਰ ਆਪਣੇ ਸਰਟੀਫਿਕੇਟ ਡਾਇਟ ਰੋਪੜ ਤੋਂ ਲੈ ਸਕਦੇ ਨੇ ਇਹਦੇ ਵਿੱਚ ਹੁਣ ਮੈਂ ਇੰਪੋਰਟੈਂਟ ਚੀਜ਼ ਦੱਸਣ ਲੱਗਾ ਜਰ ਕਿਸੇ ਬੱਚੇ ਦੀ ਕਰੈਕਸ਼ਨ ਹੈ ਤੁਸੀਂ ਸਰਟੀਫਿਕੇਟ ਲੈਣ ਵਾਸਤੇ ਕੀ ਕੀ ਡਾਕੂਮੈਂਟਸ ਲੈ ਕੇ ਜਾਣੇ ਆ ਪਲੱਸ ਅਗਰ ਤੁਹਾਡੇ ਕੋ ਕੋਈ ਡਿਟੇਲ ਨਹੀਂ ਹੈ ਤਾਂ ਤੁਹਾਨੂੰ ਸਰਟੀਫਿਕੇਟ ਕਿੱਦਾਂ ਮਿਲੇਗਾ ਸਾਰੀ ਇਨਫੋਰਮੇਸ਼ਨ ਵੀ ਤੁਹਾਨੂੰ ਦਵਾਂਗਾ ਸੋ ਦੇਖੋ ਜਿਹੜੇ ਤਾਂ ਪੰਜਾਬ ਦੇ ਬੱਚੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਡਾਈਟ ਦਾ ਡਰੈਸ ਕਿਸੇ ਵੀ ਸਰਕਾਰੀ ਟੀਚਰ ਤੋਂ ਮਿਲ ਸਕਦਾ ਜੋ ਵੀ ਤੁਹਾਡੀ ਡਾਈਟ ਪੈ ਗਈ ਹੈ ਜਿੱਦਾਂ ਮੈਂ ਗੱਲ ਕਰਾਂ ਪਠਾਨਕੋਟ ਦੀ ਅਤੇ ਗੁਰਦਾਸਪੁਰ ਦੀ ਪਠਾਨਕੋਟ ਦੀ ਡਾਈਟ ਗੁਰਦਾਸਪੁਰ ਆ ਤੇ ਗੁਰਦਾਸਪੁਰ ਦੀ ਵੀ ਗੁਰਦਾਸਪੁਰ ਇਦਾਂ ਅਲੱਗ-ਅਲੱਗ ਡਾਈਟਸ ਨੇ ਅਜਵਾਲ ਹੈਗੀ ਹੈ ਸਾਡੀ ਹੁਸ਼ਿਆਰਪੁਰ ਦੀ ਠੀਕ ਹੈ ਜੀ ਅਲੱਗ-ਅਲੱਗ ਨਾਬਾ ਆਈ ਥਿੰਕ ਹੈਗੀ ਹੈ ਜਲੰਧਰ ਦੀ ਇਦਾਂ ਹੀ ਡਿਫਰੈਂਟ ਡਿਫਰੈਂਟ ਡਾਈਸ ਵੀ ਸਰਕਾਰੀ ਟੀਚਰਸ ਨੂੰ ਲੈ ਸਕਦੇ ਹੋ ਇਨਫੋਰਮੇਸ਼ਨ ਜਦੋਂ ਤੁਸੀਂ ਆਪਣਾ ਲੈਂਡ ਜਾਣਾ ਹੈ ਸਰਟੀਫਿਕੇਟ ਆਪਣਾ ਇੱਕ ਆਧਾਰ ਕਾਰਡ ਲੈ ਜਾਣਾ ਉਸ ਤੋਂ ਬਾਅਦ ਇੱਕ ਤੁਸੀਂ ਆਪਣੇ ਪੀਐਸਟੈਟ ਦਾ ਰੋਲ ਨੰਬਰ ਲੈ ਕੇ ਜਾਣਾ ਸੋ दैट ਉੱਥੇ ਤੁਸੀਂ ਉਹ ਜਿਹੜਾ ਵੀ ਸਰਟੀਫਿਕੇਟ ਹੈ ਉਹ ਲੈ ਸਕੋ ਆਪਣੀ ਡਿਟੇਲ ਦੇ ਅਕੋਰਡਿੰਗ ਤਾਂ ਬਾਕੀ ਅਗਰ ਕੋਈ ਸਰਟੀਫਿਕੇਟ 'ਚ ਗਲਤੀ ਹੋ ਜਾਂਦੀ ਹੈ ਸਾਡੇ ਨਾਲ ਲਿੰਕ ਕਰਕੇ ਕਰੈਕਸ਼ਨ ਵੈਰਾ ਕਿਦਾਂ ਕਰਵਾਉਣੀ ਹੈ ਪ੍ਰੋਪਰ ਪ੍ਰੋਸੈਸ ਮੈਂ ਤੁਹਾਨੂੰ ਦੱਸ ਦਊਂਗਾ ਉਹਦੇ ਲਈ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੀ ਡੀਟੇਲ ਮਿਲ ਜਾਊਗੀ ਇਦਾਂ ਦੀ ਵੀਡੀਓਜ਼ ਵਾਸਤੇ ਜ਼ਰੂਰ ਸਾਨੂੰ ਜੁਆਇਨ ਕਰੋ ਜਿੰਨਾ ਹੋ ਸਕੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਸੋ ਡੈਟ ਇਹ ਜਾਣਕਾਰੀ ਮੈਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਬਾਕੀ ਫਰੈਂਡਸ 'ਕੀ ਪੁੱਛ ਸਕੀ ਅਤੇ ਜਿਹੜੀਆਂ-ਜਿਹੜੀਆਂ ਇੱਥੇ ਮੈਂ ਤੁਹਾਨੂੰ ਪ੍ਰੋਬਲਮ ਦੱਸੀਆਂ ਉਹਨਾਂ ਦਾ ਸੋਲੂਸ਼ਨ ਵੀ ਉਹਨਾਂ ਨੂੰ ਮਿਲ ਸਕੇ ਡਾਈਟ ਅਗਰ ਕਿਸੇ ਦਾ ਐਡਰੈਸ ਨਹੀਂ ਮਿਲਦਾ ਸਾਡੇ ਤੋਂ ਵੀ ਕੰਟੈਕਟ ਕਰਕੇ ਉਸ ਡਾਈਟ ਸੋ ਫਰੈਂਡਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਅਗਰ ਫਸਟ ਟਾਈਮ ਸਾਡੇ YouTube ਚੈਨਲ ਤੇ ਵਿਜ਼ਿਟ ਕੀਤਾ ਹੈ ਐਂਡ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ